ਧਿਰਾਂ ਵੱਲੋਂ ਸ਼ਰੇਆਮ ਇੱਕ ਦੂਜੇ 'ਤੇ ਚਲਾਏ ਜਾ ਰਹੇ ਇੱਟਾਂ ਰੋੜਿਆਂ ਦੀਆਂ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ। ਮੰਜ਼ਰ ਅਜਿਹਾ ਸੀ ਮੰਨੋ ਕਿ ਇੱਟਾਂ ਰੋੜਿਆਂ ਦਾ ਮੀਂਹ ਪੈ ਰਿਹਾ ਹੋਵੇ। ਦਰਅਸਲ ਲੁਧਿਆਣਾ ਦੇ ਛਾਉਣੀ ਮੁਹੱਲੇ ਦੇ ਲੋਕਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ, ਜੋ ਖਤਰਨਾਕ ਲੜਾਈ ਦਾ ਰੂਪ ਧਾਰਨ ਕਰ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੁਲਿਸ ਨੂੰ ਵਿੱਚ ਆ ਕੇ ਮਾਮਲਾ ਸ਼ਾਂਤ ਕਰਵਾਉਣਾ ਪਿਆ। ਅਖੀਰ ਇਹ ਖਤਰਨਾਕ ਲੜਾਈ ਦਾ ਕੀ ਕਾਰਨ ਸੀ, ਇਹ ਜਾਣਦੇ ਹਾਂ ਲੋਕਾਂ ਤੋਂ। ਮਾਮਲਾ ਉਹਨਾਂ ਨੇ ਕੱਲ੍ਹ ਨਾ ਸਾਡੇ ਮੁੰਡੇ ਦੀ ਮਾਰਕੀਟ 'ਤੇ ਹਮਲਾ ਕਰਤਾ 3 ਵਾਰੀ। ਪਹਿਲਾਂ ਦੁਪਹਿਰੇ ਕੀਤਾ, ਫਿਰ ਸ਼ਾਮੀ ਰਾਤੀ 100-200 ਜਨਾਨੀ ਆਦਮੀ ਲੈ ਕੇ ਚਲੇ ਗਏ। ਸ਼ਾਮੀ 4 ਵਜੇ 6 ਵਜੇ 4 ਨੰਬਰ ਦ੍ਰਿਸ਼ ਫੈਸਲਾ ਹੋ ਗਿਆ। ਅਸੀਂ ਕਿਹਾ ਵੀ ਚਲੋ ਠੀਕ ਹੈ, ਅਤੇ ਆ ਘਰ ਆ ਗਏ। ਅਸੀਂ ਰੋਟੀ ਖਾਂਦੇ ਪਏ ਹਾਂ, ਉਹ ਬੋਤਲਾਂ ਕਿਰਪਾਨਾਂ ਲੈ ਕੇ ਗਟੂਏ ਫੈਰ 5-10-12 ਫੈਰ ਕੀਤੇ ਉਹਨਾਂ ਨੇ ਇਹ ਚੌਂਕ 'ਚ, ਅਤੇ ਗਟੂਆ ਕਿਰਪਾਨਾਂ ਲੈ ਕੇ 2 ਜਨਾਨੀਆਂ ਨੂੰ ਮਾਰਿਆ, ਇਹ ਬੰਦਿਆਂ ਨੂੰ ਮਾਰਿਆ, ਹੋਰਾਂ ਨੂੰ ਮਾਰਿਆ। ਕਹਿੰਦੇ ਇੱਥੋਂ ਤੁਸੀਂ ਸਰਦਾਰੋ ਮੋਨਿਓ ਅਤੇ ਮੁਸਲਮਾਨ ਮੁਸਲਮਾਨੋ ਇੱਥੇ ਨਿਕਲ ਜਾਓ, ਛੱਡ ਦਿਓ ਉੱਥੇ ਸਰਦਾਰ ਮੁਸਲਮਾਨ ਹਿੰਦੂ। ਕਹਿੰਦੇ ਇੱਥੋਂ ਛੋਣੀ ਮੱਲਾ ਛੱਡ ਕੇ ਨਿਕਲ ਜਾਓ। ਕੌਣ ਸੀਗੇ ਦੂਜੇ ਪਾਸੇ? ਉਹ ਬਾਲਮੀਕ ਹੈ। ਕਾਰਨ ਇਹ ਸੀ, ਕੱਲ੍ਹ ਇਹਨਾਂ ਨੇ ਕੱਲ੍ਹ ਇੱਥੇ ਸਾਡੇ ਬੇਟੇ ਦੇ ਦੁਕਾਨ 'ਤੇ ਇਹਨਾਂ ਨੇ ਹਮਲਾ ਕਰਾਤਾ। ਰਾਤੀ ASI ਆਇਆ, ਕਾਰਨ ਇਹ ਹਮਲਾ ਕੀਤਾ ਉਹਨਾਂ ਨੇ, ਹਮਲਾ ਹਿੰਦੂ ਸਿੱਖ ਦੇ ਵਰਾਫ, ਇੱਥੋਂ ਮੱਲਾ ਛੱਡ ਦਿਓ। ਇਹ ਲੜਾਈ ਕੱਲ੍ਹ ਦੀ ਹੋ ਰਹੀ ਹੈ ਜੀ। ਕੱਲ੍ਹ ਪਹਿਲਾਂ ਛੋਣੀ ਮੱਲੇ ਦੇ ਵਿੱਚ ਇੱਕ ਪਿੱਪਲ ਵਾਲੇ ਚੌਂਕ ਦੇ ਵਿੱਚ ਰਾਜੂ ਕੋਈ ਨਾਮ ਦਾ ਦੁੱਧ ਵਾਲਾ, ਇੱਥੋਂ ਵਾਲਮੀਕੀ ਮੱਲੇ ਤੋਂ ਸਾਰੇ ਮੱਲੇ ਵਾਲੇ ਦੁੱਧ ਉੱਥੋਂ ਲੈਂਦੇ ਜਾ ਕੇ, ਅਤੇ ਕੱਲ੍ਹ ਇਹਨਾਂ ਦੀ ਕਿਸੇ ਗੱਲ ਤੋਂ ਤੂੰ ਮੈਂਵਾਂ ਹੋ ਗਈ। ਇੱਥੋਂ ਸਾਡੇ ਸੁਨੀਤਾ ਭੈਣ ਜੀ, ਉਹਨਾਂ ਨੇ ਉਹ ਬੋਲੇ ਅਤੇ ਉਹਨਾਂ ਨੂੰ ਕੰਪਲੇਨ ਲਿਖਾਤੀ ਉੱਥੇ 4 ਨੰਬਰ ਥਾਣੇ ਦੇ ਵਿੱਚ। ਔਰ ਅੱਜ ਜਾ ਕੇ ਦਾਣਾ ਸਾਹਿਬ, ਜਿੰਦਰ ਹੰਸ ਜੀ, ਲਵ ਦਰਾਵੜ ਜੀ, ਬਾਕੀ ਹੋਰ ਸਾਰੇ ਮੱਲੇ ਵਾਲੇ ਨੇ ਉੱਥੇ ਥਾਣੇ ਜਾ ਕੇ, ਅਤੇ ਉੱਧਰੋਂ ਪ੍ਰਹਲਾਦ ਢਲ ਜੀ ਨੇ ਉਹ ਚਲੇ ਗਏ। ਉਹਨਾਂ ਨੇ ਬਹਿ ਕੇ ਉੱਥੇ ਉਹ ਆਪਣੇ ਪੋਤੇ ਲਈ ਮਾਫ਼ੀ ਮੰਗੀ ਵੀ ਚਲੋ ਉਹਨੇ ਜਿਹੜੀ ਬਦਤਮੀਜੀ ਕੀਤੀ ਆ, ਮੈਂ ਮਾਫ਼ੀ ਮੰਗਦਾ ਵੀ ਉਹ ਆਪ ਹਜੇ ਆ ਨਹੀਂ ਸਕਦਾ, ਉਹ ਬਿਮਾਰ, ਉਹਨੂੰ ਗਲੂਕੋਸ ਲੱਗਿਆ ਹੋਇਆ, ਅਤੇ ਉਹਦੀ ਜ਼ਿੰਮੇਵਾਰੀ ਮੈਂ ਆਪਣੇ ਪੋਤੇ ਦੀ ਆਪ ਲੈਂਦਾ। ਤਾਂ ਸਾਰਿਆਂ ਨੇ ਇੱਧਰੋਂ ਕੰਪਰੋਮਾਈਜ਼ ਕਰ ਲਿਆ, ਜੋ ਜ਼ਿੰਮੇਵਾਰੀ ਚੱਕ ਲਈ ਦਾਦੇ ਨੇ ਤਾਂ ਕੰਪਰੋਮਾਈਜ਼ ਹੋ ਗਿਆ। ਹੁਣ ਅੱਜ ਸ਼ਾਮ ਦੇ ਵੇਲੇ ਫਿਰ ਅਟੈਕ ਕਰਤਾ, ਇਹ ਸਾਨੂੰ ਨਹੀਂ ਸਮਝ ਲੱਗੀ ਵੀ ਕੀ ਜਦ ਕੰਪਰੋਮਾਈਜ਼ ਹੋ ਗਿਆ, ਇੱਕ ਦਾਦੇ ਨੇ ਜ਼ਿੰਮੇਵਾਰੀ ਚੱਕ ਲਈ। ਬੜੀ ਮਾੜੀ ਗੱਲ ਹੈ, ਇਹਦਾ ਮਤਲਬ ਇੱਥੋਂ ਇਹ ਲੱਗਦਾ ਕਿ ਪ੍ਰਹਲਾਦ ਢਲ ਜੀ ਦੇ ਜਿਹੜੇ ਪੋਤੇ ਆ ਉਹ ਉਹਨਾਂ ਦਾ ਕਹਿਣੇ 'ਚ ਨਹੀਂ ਹੈਗੇ। ਜੇ ਇੱਕ ਦਾਦਾ ਪੁੱਤ ਜ਼ਿੰਮੇਵਾਰੀ ਚੱਕ ਕੇ ਆ ਰਿਹਾ ਅਤੇ ਫਿਰ ਉਸ ਤੋਂ ਬਾਅਦ ਅਟੈਕ ਕਰ ਰਿਹਾ, ਕਾਰਨ ਉੱਥੇ ਕੋਈ ਜੋ ਦੱਸਦੇ ਲੋਕ ਵੀ ਦੁੱਧ ਵਾਲੇ ਦੇ ਨਾਲ ਕੋਈ ਲੜਾਈ ਇਹਨਾਂ ਦੀ ਤੂਤੂ ਮੈਂ ਚੱਲ ਰਹੀ ਸੀ, ਦੁਕਾਨ ਦਾ ਰੌਲਾ ਚੱਲ ਰਿਹਾ, ਅਤੇ ਉਹਦੀ ਬਾਂਹ ਵੀ ਟੁੱਟੀ ਹੋਈ ਹੈ ਮੁੰਡੇ ਦੀ ਕੱਲ੍ਹ ਦੀ ਲੜਾਈ ਦੇ ਵਿੱਚ। ਅਤੇ ਉਸ ਤੋਂ ਬਾਅਦ ਜਦੋਂ ਇੱਥੋਂ ਮੁਹੱਲਿਓਂ ਜਾਂਦੇ ਦੁੱਧ ਲੈਣ ਲਈ, ਇਹ ਉਹਨਾਂ ਨੇ ਕਿਹਾ ਵੀ ਹਾਲ ਚਾਲ ਪੁੱਛਣ ਲੱਗ ਗਏ, ਇਹਨਾਂ ਨੇ ਸਮਝਿਆ ਪਤਾ ਨਹੀਂ ਉਹਨਾਂ ਦੀ ਕੋਈ ਸਪੋਰਟ ਕਰਨ ਆ ਗਏ, ਕਿਉਂਕਿ ਉਹਨਾਂ ਨੇ ਤਾਂ ਰੂਟੀਨ ਹੈ ਇੱਕ ਦੁੱਧ ਲੈ ਕੇ ਆਉਣ ਦੀ, ਅਤੇ ਇਹਨਾਂ ਨੂੰ ਵੀ ਗਾਲਾਂ ਗੁਲਾਂ ਕੱਢਣ ਲੱਗ ਗਏ। ਇੱਥੋਂ ਹੀ ਗੱਲ ਵੱਧਦੀ ਉਹ ਥਾਣੇ ਚਲੇ ਗਈ, ਜਿਹਦਾ ਮੈਂ ਤੁਹਾਨੂੰ ਅੱਜ ਉੱਧਰੋਂ ਹਾਂਜੀ ਹਮਲਾ ਹੋਇਆ ਔਰ ਗੋਲੀ ਵੀ ਚੱਲੀ ਹੈ, ਜੋ ਇੱਥੇ ਤੁਹਾਨੂੰ ਵੀਡੀਓ ਵੀ ਦਿਖਾਈਆਂ ਗਈਆਂ, ਮੁੰਡੇ ਵੀ ਦੱਸਦੇ 8-10 ਜਣਿਆਂ ਦੇ ਸੱਟਾਂ ਲੱਗੀਆਂ ਹੋਈਆਂ, ਜਿਹਨਾਂ ਨੇ ਮੈਡੀਕਲ ਕਰਾ ਲਿਆ ਆਪਣਾ, ਅਤੇ ਗੋਲੀ ਚੱਲੀ ਹੈ। ਬੜੀ ਮਾੜੀ ਗੱਲ ਹੈ ਇਹ, ਇੱਕ ਮੁਹੱਲੇ ਦੇ ਵਿੱਚ ਰਹਿ ਕੇ ਇਹ ਜਿਹੜੀਆਂ ਇੱਦਾਂ ਦੀਆਂ ਹਰਕਤਾਂ ਕਰਨੀਆਂ, ਜਦ ਇਸ ਗੱਲ ਇੱਕ ਗੱਲ ਨੂੰ ਲੈ ਕੇ ਕੰਪਰੋਮਾਈਜ਼ ਹੋ ਗਿਆ, ਦੁਆਰ 'ਤੇ ਹਮਲਾ ਕਰਨਾ ਬਹੁਤ ਮਾੜੀ ਗੱਲ ਹੈ, ਅਸੀਂ ਇਹਦੀ ਨਿੰਦਾ ਕਰਦੇ। ਉੱਧਰ ਪੁਲਿਸ ਦਾ ਇਸ ਮਾਮਲੇ 'ਤੇ ਕੀ ਕਹਿਣਾ, ਜ਼ਰਾ ਉਹ ਵੀ ਸੁਣੋ। ਇਹ 2 ਧਿਰਾਂ ਦੇ ਵਿੱਚ ਲੜਾਈ ਹੋਈ ਆਪਸ ਵਿੱਚ, ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਦੇ ਪੱਥਰ ਇੱਟਾਂ ਮਾਰੇ ਆ, ਉਹਦੇ ਵਿੱਚ ਹਾਲੇ ਤੱਕ ਇਹ ਨਹੀਂ ਪਤਾ ਕੋਈ ਇੰਜਰਡ ਹੋਇਆ ਕਿ ਨਹੀਂ ਹੋਇਆ, ਹਾਲੇ ਤੱਕ ਇਹ ਨਹੀਂ ਪਤਾ। ਅਤੇ ਜਿਹੜੇ ਵੀ ਹੋਈ ਅਸੀਂ ਆਪਣੇ ਵੱਲੋਂ ਇੱਕ ਕਾਰਵਾਈ ਕਰ ਰਹੇ ਇਹਨਾਂ ਦੋਨਾਂ ਧਿਰਾਂ ਦੇ ਖਿਲਾਫ਼। ਸਰ ਕੀ ਕਿੰਨੇ ਵਜੇ ਦਾ ਇੰਸੀਡੈਂਟ ਹੈ ਅਤੇ ਕਾਰਨ ਕੀ ਹੈ, ਕੁਛ ਹਾਲੇ ਤੱਕ ਪਤਾ ਲੱਗਿਆ ਜੀ? ਇਹਨਾਂ ਕਾਰਨ ਇਹਨਾਂ ਦਾ ਆਪਸੀ ਬਸ ਛੋਟੀ ਮੋਟੀ ਗੱਲ ਤੋਂ ਲੈ ਕੇ ਲੰਘ ਵੜਨ ਤੋਂ ਲੈ ਕੇ ਝਗੜਾ ਹੋਇਆ ਕਿਸੇ ਗੱਲ ਤੋਂ, ਉਹ ਅਸੀਂ ਪੜਤਾਲ ਕਰ ਰਹੇ ਹਾਂ। ਪੜਤਾਲ ਕਰਕੇ ਜੋ ਵੀ ਗੱਲ ਸਾਹਮਣੇ ਆਈ ਉਸ ਹਿਸਾਬ ਨਾਲ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕਰਾਂਗੇ। ਕਿੰਨੇ ਵਜੇ ਦਾ ਇੰਸੀਡੈਂਟ ਹੋਇਆ? ਕਰੀਬ ਤੋਂ 1/2 ਘੰਟਾ ਪਹਿਲਾਂ ਹੋਇਆ। ਕਿੰਨੇ ਕੋਈ ਇੱਟਾਂ ਪੱਥਰ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ? ਨਹੀਂ, ਹੋਰ ਕੋਈ ਨੁਕਸਾਨ ਕੁਝ ਨਹੀਂ ਹੋਇਆ, ਕੋਈ ਜੇ ਕਿਸੇ ਸੱਟ ਲੱਗੀ ਹੈ ਜਾਂ ਕੋਈ ਉਹ ਜੋ ਵੀ ਸਾਹਮਣੇ ਆ ਕੇ ਦੇਖ। ਹਾਂ, ਇੱਕ ਗੱਡੀ 'ਤੇ ਲੱਗੀ ਹੈ। ਨਹੀਂ, ਕੋਈ ਇਹੋ ਜਿਹੀ ਕੋਈ ਨਹੀਂ ਗੱਲ ਹੋਈ। ਪੰਜਾਬ ਅੰਦਰ ਦਿਨੋ ਦਿਨ ਅਜਿਹੇ ਆਪਸੀ ਝਗੜੇ ਵੱਧਦੇ ਜਾ ਰਹੇ ਨੇ, ਜੋ ਕਿ ਸਮਾਜ ਲਈ ਮਾੜੀ ਨਿਸ਼ਾਨੀ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਰੋਕਣ ਲਈ ਸਖ਼ਤ ਐਕਸ਼ਨ ਲੈਣੇ ਚਾਹੀਦੇ ਨੇ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ, D5 ਚੈਨਲ, ਪੰਜਾਬੀ।